भारतीय संविधान के निर्माता डॉक्टर बी आर अंबेडकर जी का प्री निर्वाण दिवस सतलुज क्लब फिलौर विखे भी हलका विधायक फिलौर बलदेव सिंह खेरा की अगुवाई विच मनाया गया। इस संबंधी करवाए गए समागम विच अकाली बसपा आगुआ ते वर्करा तो इलावा हलके भर के लोगों ने शमूलियत की। विधायक बलदेव सिंह खैरा तो इलावा बुलारिया ने डॉक्टर अंबेडकर की जीवनी ते संघर्ष उपर चानना पाउंदिया कहा कि बाबा साहब डॉक्टर अंबेडकर ने भारतीय संविधान बना के देश के लोगों को उनके अधिकारों प्रति सुचेत किया है। बलदेव सिंह खैरा ने कहा कि अकाली सरकार वालों शुरू की सारिया स्कीमां कैप्टन सरकार ने सत्ता विच आउण तो बाद बंद कर दित्तियां हन। पंजाब की धरती गुरुआ पीरां पैगंबरां ऋषियां मुनियां की धरती है। बख्श समय के उत्ते गुरु साहिबान ने समुची कौम नू मानवता नू अपना संदेश दिता ते किहो जिहा राज चाहीदा सी, किहो जिहे राज की कल्पना की सी, उस सारी गल नू बाबा साहब डॉक्टर भीमराव अंबेडकर साहब ने लागू करन दे लई भारत नू संविधान दिता और समुचे समाज नू ये संदेश दिता कि किहो जिहा ताना बाणा होना चाहीदा है, किहो जिहा जिहड़ा सिस्टम होना चाहीदा। अज 70 साल देश नू आजाद होया होगा पर जिन्हां दे हथ 60 साल देश दा राज रहा, जो संविधान दे विच बाबा साहब कह के गए सी 60 सालां दे विच भी उन्होंने पूरा नहीं किया। सो अज हर साल दी तरह पूरी दुनिया दे विच बाबा साहब डॉक्टर भीमराव अंबेडकर साहब नू मनन वाले लोग श्रद्धा दे फुल पेंट करते हैं, क्योंकि अज बाबा साहब डॉक्टर भीमराव अंबेडकर साहब का प्री निर्माण दिवस है। सो असी भी हलका फिलौर वालों श्रोमणी अकाली दल बहुजन समाज पार्टी के सारे आगू साहबाना ने इत्थे आ के बाबा साहब नू श्रद्धा दे फुल भेंट किए और यही सारा नू अपील करते हैं भी जिहो जिहा राज की कल्पना गुरु साहब ने की, जिहो जिहा राज चाहीदा है, जिहो जिहा संविधान दे विच प्रबंध चाहीदा है बाबा साहब करके गए, ਉਹ ਜਾਂ ਰਾਜ ਲਿਆਉਣ ਦੇ ਲਈ ਆਪਾਂ ਸਾਰੇ ਇਕੱਠੇ ਹੋਈਏ। ਬਸਪਾ ਦੇ ਸਕੱਤਰ ਪੰਜਾਬ ਅਤੇ ਇੰਚਾਰਜ ਹਲਕਾ ਫਿਲੌਰ ਲਾਲ ਚੰਦ ਔਜਲਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦਿੱਲੀ ਦੇ ਲੋਕਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਪੰਜਾਬ ਦੇ ਲੋਕਾਂ ਨੂੰ ਗਰੰਟੀਆਂ ਦੇ ਕੇ ਮੂਰਖ ਬਣਾ ਰਿਹਾ ਹੈ। ਸਮੇਂ ਨੂੰ ਮੁੱਖ ਰੱਖਦੇ ਹੋਏ ਅਕਾਲੀ ਬਸਪਾ ਵਰਕਰਾਂ ਵੱਲੋਂ ਸਤਲੁਜ ਕਲੱਬ ਤੋਂ ਡਾਕਟਰ ਅੰਬੇਡਕਰ ਚੌਂਕ ਤੱਕ ਮਾਰਚ ਵੀ ਕੱਢਿਆ ਗਿਆ। ਇਸ ਮੌਕੇ ਹਰਜਿੰਦਰ ਸਿੰਘ ਲੱਲੀਆਂ, ਸੁਖਮਿੰਦਰ ਸਿੰਘ ਬਿੱਟੂ, ਜਤਿੰਦਰ ਸਿੰਘ, ਮੱਖਣ ਸਿੰਘ, ਬਾਬੂ ਸੁੰਦਰਪਾਲ ਅਤੇ ਹਰਕਮਲ ਸਿੰਘ ਤੋਂ ਇਲਾਵਾ ਹੋਰ ਅਕਾਲੀ ਬਸਪਾ ਵਰਕਰ ਵੀ ਮੌਜੂਦ ਸਨ। ਬਹੁਜਨ ਸਮਾਜ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਹਲਕਾ ਫਿਲੌਰ ਦੀ ਲੀਡਰਸ਼ਿਪ ਵੱਲੋਂ ਪਰਮ ਪੂਜੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਜੀ ਨੂੰ ਸ਼ਰਧਾ ਸੁਮਨ ਅਰਪਣ ਕੀਤੇ ਨੇ, ਕਿਉਂਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਦੀ ਜ਼ਿੰਦਗੀ ਦੇ 40 ਸਾਲ ਦਾ ਸੰਘਰਸ਼ ਭਾਰਤ ਦਾ ਸੰਵਿਧਾਨ ਹੈ। ਕਿਉਂਕਿ ਅਗਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਇਸ ਸੰਘਰਸ਼ ਕਰਕੇ ਦੇਸ਼ ਦਾ ਸੰਵਿਧਾਨ ਨਾ ਬਣਾਇਆ ਹੁੰਦਾ ਤਾਂ ਦੇਸ਼ ਦੇ ਕਰੋੜਾਂ ਲੋਕਾਂ ਨੂੰ, ਦੇਸ਼ ਦੇ ਬਹੁਜਨਾਂ ਨੂੰ ਕੋਈ ਅਧਿਕਾਰ ਨਾ ਮਿਲਦਾ। ਅੱਜ ਦੇਸ਼ ਦੇ ਅੰਦਰ ਜਿਹੜਾ ਅਧਿਕਾਰ ਬਹਾਲ ਹੋਏ ਨੇ ਉਹ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਦੇ ਸੰਘਰਸ਼ ਦੇ ਕਾਰਨ ਹੋਏ ਨੇ। ਇਸ ਕਰਕੇ ਅੱਜ ਦੇ ਇਸ ਮੌਕੇ 'ਤੇ ਅਸੀਂ ਸੰਕਲਪ ਕਰਦੇ ਹਾਂ ਕਿ ਜਿਹੜੀਆਂ ਪਾਰਟੀਆਂ ਅੱਜ ਵੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਸੰਵਿਧਾਨ ਲਾਗੂ ਨਹੀਂ ਕਰ ਰਹੀਆਂ ਪਰ ਮਨੁ ਸਿਮਰਤੀ ਦੇ ਸੰਵਿਧਾਨ ਦੇ ਮੁਤਾਬਕ ਦੇਸ਼ ਦੇ ਵਿੱਚ ਰਾਜ ਕਰ ਰਹੀਆਂ, ਅਸੀਂ ਸੰਕਲਪ ਕਰਦੇ ਹਾਂ ਕਿ ਉਹਨਾਂ ਨੂੰ ਰਾਜ ਸੱਤਾ ਤੋਂ ਲਾਂਭੇ ਕਰਦੇ ਹੋਏ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਦੀ ਸੋਚ ਦੀ ਅਸੀਂ ਰਾਜ ਸਰਕਾਰ ਬਣਾਵਾਂਗੇ ਔਰ ਕੇਂਦਰ ਦੇ ਵਿੱਚ ਵੀ ਔਰ ਪ੍ਰਦੇਸ਼ ਦੇ ਵਿੱਚ ਵੀ ਜਿਹੜੀ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਪੰਜਾਬ ਸਰਕਾਰ ਬਣ ਜਾ ਰਹੀ ਹੈ। ਇਸ ਕਰਕੇ ਉਹ ਸਰਕਾਰ ਬਣਾ ਕੇ ਅਸੀਂ ਦੇਸ਼ ਪੰਜਾਬ ਦੇ ਸਮੁੱਚੇ ਲੋਕਾਂ ਦਾ ਅਸੀਂ ਜਿਹੜਾ ਉਹ ਸਾਰਾ ਤਰੀਕੇ ਨਾਲ ਜਿਹੜਾ ਉਹਨਾਂ ਦੀਆਂ ਸੁੱਖ ਸਹੂਲਤਾਂ ਦਾ ਜਿਹੜਾ ਪ੍ਰਬੰਧ ਕਰਾਂਗੇ। ਇਸੇ ਤਰ੍ਹਾਂ ਹੀ ਭਾਰਤ ਰਤਨ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਬੀ ਆਰ ਅੰਬੇਡਕਰ ਜੀ ਦਾ 65ਵਾਂ ਨਿਰਵਾਣ ਦਿਵਸ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਭਾਰ ਸਿੰਘ ਪੁਰਾ ਵਿਖੇ ਮਨਾਇਆ ਗਿਆ, ਜਿਸ ਵਿੱਚ ਸਮਾਜ ਸੇਵਕ ਰਾਮ ਕਿਸ਼ਨ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਹਰਮੇਸ਼ ਸਿੰਘ ਭਾਰ ਸਿੰਘ ਪੁਰੀ ਤੋਂ ਇਲਾਵਾ ਹੋਰ ਬੁਲਾਰਿਆਂ ਨੇ ਕਿਹਾ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਸੰਦੇਸ਼ ਸੀ ਕਿ ਪੜ੍ਹੋ ਜੁੜੋ ਸੰਘਰਸ਼ ਕਰੋ ਅਤੇ ਉਹਨਾਂ ਵੱਲੋਂ ਦਰਸਾਏ ਮਾਰਗ 'ਤੇ ਚੱਲਦਿਆਂ ਹੀ ਡਾਕਟਰ ਅੰਬੇਡਕਰ ਦੁਆਰਾ ਦੇਖੇ ਗਏ ਸੁਪਨੇ ਨੂੰ ਸਾਕਾਰ ਕੀਤਾ ਜਾ ਸਕਦਾ ਹੈ। ਇਸ ਮੌਕੇ ਬਲਵੀਰ ਸਿੰਘ, ਬਲਰਾਜ, ਜਗਜੀਵਨ ਮੋਮੀ ਅਤੇ ਹੈੱਡਮਾਸਟਰ ਬਲਵਿੰਦਰ ਸਿੰਘ ਆਦਿ ਹਾਜ਼ਰ ਸਨ। ਭਾਰਤ ਰਤਨ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਪ੍ਰਿਯ ਨਿਰਵਾਣ ਦਿਵਸ ਨੂੰ ਸਮਰਪਿਤ ਅੱਜ ਪ੍ਰਾਇਮਰੀ ਸਕੂਲ ਪਿੰਡ ਭਾਰ ਸਿੰਘਪੁਰਾ ਦੇ ਅੰਦਰ ਅੱਜ ਬੱਚਿਆਂ ਨੂੰ ਅਸੀਂ ਵਰਦੀਆਂ ਦਿੱਤੀਆਂ, ਕਿਉਂਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਕਿਹਾ ਸੀ ਪੜ੍ਹੋ ਜੁੜੋ ਅਤੇ ਆਪਣੇ ਹੱਕਾਂ ਲਈ ਅੰਦੋਲਨ ਕਰੋ, ਔਰ ਉਹਨੂੰ ਅਸੀਂ ਧਿਆਨ 'ਚ ਰੱਖਦੇ ਹੋਏ ਅੱਜ ਅਸੀਂ ਇਸ ਸਕੂਲ ਦੇ ਅੰਦਰ
नर्सरी के अंदर जो बच्चे पढ़ते हैं उन्होंने असं जो है वर्दियाँ भेंट की और जो स्कूल का प्रबंध है उसनों देखते दे हुए सानू इदा लग्या भी जी कमी लगती आ उन्होंने टीचर पूछा बलविंदर सिंह जी ने गल हुई साड़ी और इतने जो सबका टीचर ने राम कृष्ण जी कुआरी इन्हों की बदौलत स्कूल आया और बाबा साहब डॉक्टर अंबेडकर की बदौलत असी जे इस काबल बने हाँ कि असी एजुकेशन अगर बढ़ाने सू सहयोग करना चाहिए तो इस करके अज के मौके के उपर बाबा साहब डॉक्टर अंबेडकर समर्पित असी बाबा साहब के अज के बाबा साहब के प्रीनवान समर्पित असं जो प्रोग्राम किया स्कूल के अंदर